ਫੇਸ ਟੂ ਫੇਸ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਮੈਂ ਫਿਰ ਸਵਾਗਤ ਕਰਦਾ ਹਾਂ ਅੱਜ ਮੇਰੇ ਨਾਲ ਨੇ ਬੀਬੀ ਅਮਨਜੋਤ ਕੌਰ ਰਾਮੋਵਾਲੀਆ ਜਿਹੜੇ ਕਿ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਮੋਹਾਲੀ ਦੇ ਚੇਅਰਪਰਸਨ ਨੇ ਨਾਲ ਹੀ ਉਹ ਜਨਰਲ ਸੈਕਟਰੀ ਨੇ ਅਕਾਲੀ ਦਲ ਬਾਦਲ ਦੇ ਅਸੀਂ ਚਰਚਾ ਕਰ ਰਹੇ ਸੀ ਪੰਜਾਬ ਦੀ ਰਾਜਨੀਤੀ ਬਾਰੇ ਜੇਕਰ ਅਸੀਂ ਹੁਣ ਲੋਕ ਸਭਾ ਚੋਣਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਦੇਖੀਏ ਤਾਂ ਕੱਲ ਕਾਂਗਰਸ ਤੇ ਪੀਪੀਪੀ ਦਾ ਆਪਸ ਦੇ ਵਿੱਚ ਸਮਝੌਤਾ ਹੋਇਆ ਹੈ ਇਸ ਸਮਝੌਤੇ ਨੂੰ ਰਾਜਸੀ ਪਰਦੇ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨਾ ਕੁ ਅਸਰ ਪੰਜਾਬ ਤੇ ਪਾਊਗਾ ਦੇਖੋ ਜੀ ਪੀਪੀਪੀ ਦਾ ਆਪਣਾ ਕੋਈ ਆਧਾਰ ਨਹੀਂ ਹੈ ਕੋਈ ਮੁੱਦਾ ਨਹੀਂ ਸੀ ਇਹ ਇੱਕ ਲੜਾਈ ਸੀ ਜੋ ਤਾਈ ਚਾਚੇ ਦੇ ਬੱਚਿਆਂ ਚ ਸੀ ਐਸੀ ਕੋਈ ਕੋਈ ਆਧਾਰ ਨਹੀਂ ਹੈ ਕਿ ਲੋਕਾਂ ਦੀ ਸੇਵਾ ਲਈ ਜਾਂ ਲੋਕ ਮੁੱਦਿਆਂ ਲਈ ਇਹ ਕੋਈ ਅਲੱਗ ਹੋਏ ਸਨ ਜੇ ਸਮਝਾਤਾ ਹੋ ਵੀ ਗਿਆ ਤਾਂ ਵੀ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਕਿਉਂ ਇੱਕ ਹੀ ਸੀਟ ਤੇ ਅਸਰ ਪੈਣਾ ਔਰ ਉੱਥੇ ਮੈਂ ਸਮਝਦੀ ਆਂ ਬੀਬੀ ਹਰਸਿ ਮਿਕੋ ਬਾਦਲ ਜੀ ਬਹੁਤ ਲੋਕਪ੍ਰੀਆ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਕਦੇ ਹਲਕਾ ਖਾਲੀ ਨਹੀਂ ਛੱਡਿਆ ਇੱਕ ਔਰਥ ਹੋਣ ਦੇ ਨਾਤੇ ਜੋ ਔਰਥ ਆਪਦਾ ਘਰ ਵੀ ਸੰਭਾਲਦੀ ਆ ਬੱਚੇ ਵੀ ਸੰਭਾਲਦੀ ਆ ਔਰ ਫਿਰ ਹਲਕਾ ਵੀ ਸੰਭਾਲਦੀ ਆ ਔਰ 5 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ 500 ਗੇੜਾ ਉੱਥੇ ਮਾਰਿਆ ਹੋਣਾ ਮੈਨੂੰ ਲੱਗਦਾ ਕੋਈ ਮੁਕਾਬਲਾ ਨਹੀਂ ਆ ਬੀਬੀ ਜੀ ਦਾ ਜੀ ਜੇਕਰ ਅਸੀਂ ਦੇਖੀਏ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 6% ਵੋਟ ਹੈ ਜਿਹੜੀ ਸਾਂਝਾ ਮੋਰਚਾ ਲਜਾਣ ਦੇ ਵਿੱਚ ਕਾਮਯਾਬ ਹੋ ਗਿਆ ਜੇ ਉਹ ਵੋਟ ਨੂੰ ਆਪਾਂ ਕਾਂਗਰਸ ਦੇ ਨਾਲ ਜੋੜ ਕੇ ਦੇਖੀ ਤਾਂ ਕੀ ਨਹੀਂ ਸੋਚਦੇ ਕਿ ਸਮੀਕਰਨ ਚ ਥੋੜਾ ਜਿਹਾ ਮੁਕਾਬਲਾ ਸਖਤ ਵੀ ਬਣ ਸਕਦਾ ਮੁਕਾਬਲਾ ਸਖਤ ਜ਼ਰੂਰ ਬਣ ਸਕਦਾ ਇਹਦੇ ਨਾਲ ਪਰ ਇਹ 6% ਵੋਟ ਜਿੱਥੇ ਹਾਰ ਦਾ ਫੈਸਲਾ ਨਹੀਂ ਕਰ ਸਕਦੀ ਜੀ ਇਹ ਕਾਕੇ ਫਿਰ ਜੇ ਦੇਖਿਆ ਜਾਵੇ ਤਾਂ ਅਕਾਲੀ ਦਲ ਇਸ ਵਕਤ ਆਪਣੇ ਆਪ ਵਿੱਚ ਬਹੁਤ ਤਾਕਤਵਰ ਹੈ ਜੀ ਕਿ ਤੁਸੀਂ ਇਹ ਵੀ ਸੋਚਦੇ ਹੋ ਕਿ ਮਨਪ੍ਰੀਤ ਬਾਦਲ ਜਿਹੜਾ ਉਹ ਪੀਪੀਪੀ ਨੂੰ ਧਰ ਲੇਵਾ ਕਾਂਗਰਸ ਨਾਲ ਕਰਕੇ ਸਮਝੌਤਾ ਕਾਂਗਰਸ ਨਾਲ ਕਰਕੇ ਥੋੜਾ ਜਿਹਾ ਆਪਣੀ ਜਿਹੜੀ ਆਈਡੀਓਲੋਜੀ ਤੋਂ ਵੀ ਪਾਸੇ ਹੋਇਆ ਆ ਆਬਵੀਅਸਲੀ ਜੀ ਇੱਕ ਪਾਸੇ ਤੁਸੀਂ ਸ਼ਹੀਦ ਭਗਤ ਸਿੰਘ ਦੇ ਉੱਥੇ ਸਮਾਧੀ ਤੇ ਜਾ ਕੇ ਸਾਹਾਂ ਖਾਣੇ ਆਂ ਔਰ ਦੂਜੇ ਪਾਸੇ ਤੁਸੀਂ ਫਿਰ ਕਾਂਗਰਸ ਚ ਰਾਜ ਆਣੇ ਤੁਸੀਂ ਤਾਂ ਵਾਅਦੇ ਤੋਂ ਮੁੱਕਰੀ ਕਹਿ ਜੀ ਝੂਠੇ ਦਾ ਤੁਸੀਂ ਇੱਥੇ ਹੀ ਪੈਗੇ ਪਬਲਿਕ 'ਚ ਜੀ ਕੀ ਆਮ ਆਦਮੀ ਪਾਰਟੀ ਨੇ ਜਿਹਨੇ ਚੋਣਾਂ ਦੇ ਵਿੱਚ ਆਪਣੇ ਵੱਖਰੇ ਕੈਂਡੀਡੇਟ ਖੜਾ ਕਰਨ ਦਾ ਮਾਨ ਬਣਾਇਆ ਕਿ ਉਹਦਾ ਸੋਚਦੇ ਕੋਈ ਨਾ ਕੋਈ ਅਸਰ ਪੰਜਾਬੀ ਪੰਜਾਬ ਦੀ ਸਿਆਸਤ ਤੇ ਪਾਊਗਾ ਬਹੁਤ ਥੋੜਾ ਜਿਹਾ ਅਸਰ ਪਾਊਗਾ ਜਿਹੜੀ ਕੁਝ ਵੋਟ ਹੁੰਦੀ ਆ 2-3% ਜਿਹਨੂੰ ਆਮ ਆਦਮੀ ਪ੍ਰਭਾਵਿਤ ਕਰ ਸਕਦਾ ਪਰ ਜੇ ਚੰਡੀਗੜ੍ਹ ਵਿੱਚ ਦੇਖਿਆ ਜਾਵੇ ਤਾਂ ਇੱਥੇ ਹੋਲ ਚ ਗਿਆ ਪੰਜਾਬ ਵਿੱਚ ਕੋਈ ਖਾਸ ਉਹਨਾਂ ਦਾ ਨਾ ਉਹਨਾਂ ਨੂੰ ਹੰਗਾਰਾ ਮਿਲਿਆ ਨਾ ਕੋਈ ਖਾਸ ਮੈਂਬਰ ਬਣੇ ਔਰ ਮੇਰਾ ਖਿਆਲ ਕੋਈ ਖਾਸ ਅਸਰ ਪੰਜਾਬ 'ਚ ਨਹੀਂ ਹੋ ਸਕਦਾਗਾ ਜੇਕਰ ਅਸੀਂ ਦੇਖੀਏ ਤਾਂ ਬਠਿੰਡਾ ਲੋਕ ਸਭਾ ਹਲਕੇ ਜਿਹੜੇ ਨੋ ਕੰਸਟੀਟੂਐਂਸੀਜ਼ ਹੁੰਦੀਆਂ ਜੇਕਰ ਮੈਂ ਤੁਹਾਡਾ ਪਰਿਵਾਰਕ ਪਿਛੋਕੜ ਦੇਖਾਂ ਤਾਂ ਖਾਸ ਕਰਕੇ ਰਾਮੂ ਵਾਲੀ ਸਾਬਤਾ ਤੁਹਾਡਾ ਉਸ ਹਲਕੇ ਤੇ ਕਾਫੀ ਅਸਰ ਹੈ ਹੈ ਜੀ ਮੇਰੇ ਪਿਤਾ ਸਤਾਬਲਾਂ ਸੀ ਰਾਮੂ ਵਾਲੀਆ ਇਸ ਵਕਤ ਬੀਬੀ ਹਾਰ ਸਿੰਘ ਮਤਕਾਰ ਜੀ ਦੇ ਤਿੰਨ ਹਲਕੇ ਸੰਭਾਲੇ ਐਮ ਐਲ ਏ ਤਿੰਨ ਐਮ ਐਲ ਏ ਹਲਕੇ ਤਿੰਨੇ ਸੰਭਾਲੇ ਉੱਥੇ ਜੀ ਮੇਰੇ ਦਾਦਾ ਜੀ ਸਰਦਾਰ ਕਰਨੈ ਸਿੰਘ ਕਵੀਸ਼ਰਪਾਲਸ ਦਾ ਔਰ ਮੇਰੇ ਪਿਤਾ ਸਤਾਬਲ ਸਿੰਘ ਰਮੂਵਾਲੀ ਦਾ ਕਾਫੀ ਪ੍ਰਭਾਵ ਆ ਕਿਉਂਕਿ ਅਸੀਂ ਮੇਰੇ ਦਾਦਾ ਜੀ ਕਵੀਸ਼ਰ ਸਨ ਔਰ ਬਚਪਨ ਤੋਂ ਮੇਰੇ ਪਿਤਾ ਤੇ ਮੇਰੇ ਦਾਦਾ ਜੀ ਉੱਥੇ ਗੋਣ ਵੀ ਜਾਂਦੇ ਰਹੇ ਆ ਉਹਨਾਂ ਪਿੰਡਾਂ ਵਿੱਚ ਹਜੇ ਵੀ ਅਸੀਂ ਭਾਵੇਂ ਦੁਨੀਆ ਥੋੜਾ ਜ਼ਮਾਨਾ ਬਦਲ ਗਿਆ ਪਰ ਅਜੇ ਵੀ ਉਹਨਾਂ ਦਾ ਬਹੁਤ ਪ੍ਰਭਾਵ ਆ ਔਰ ਇਸੇ ਲਈ ਬੀਬੀ ਜੀ ਨੇ ਰਾਮੂਲੀ ਸਾਹਿਬ ਨੂੰ ਹਲਕੇ ਦਾ ਇਨਚਾਰਜ ਬਣਦੀ ਰਿਕੁਐਸਟ ਕੀਤੀ ਸੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਬੀਬੀ ਹਰ ਸਿਮਰਤ कौर ਬਾਤਲ ਹੈ ਉਹ ਆਪਣੇ ਪਰਿਵਾਰ ਦੇ ਵਿੱਚੋਂ ਹੀ ਸਮਾਂ ਕੱਢ ਕੇ ਜਿਹੜਾ ਹਲਕੇ ਚ ਜਾਂਦੀ ਹੈ ਹਲਕੇ ਜੋ ਕਦੇ ਵੀ ਗੈਰ ਹਾਜ਼ਰ ਨਹੀਂ ਹੁੰਦੀ ਜੇਕਰ ਅਸੀਂ ਦੇਖੀਏ ਤਾਂ ਆਮ ਤੌਰ ਤੇ ਜਿਹੜਾ ਕਿਹਾ ਜਾਂਦਾ ਹੈ ਔਰਤਾਂ ਜਿਹੜੀਆਂ ਉਹਨਾਂ ਦਾ ਮੁੱਖ ਕੰਮ ਹੈ ਜਿਹੜਾ ਪਰਿਵਾਰ ਨੂੰ ਸੰਭਾਲਣ ਦਾ ਪਾਲਣ ਪੋਸ਼ਣ ਕਰਨਾ ਹੈ ਤੁਸੀਂ ਰਾਜਨੀਤੀ ਦੇ ਵਿੱਚ ਜਾਣਦੇ ਹੋ ਸਾਰਾ ਦਿਨ ਵਿਜ਼ੀ ਹੋ ਕੀ ਇਹਦੇ ਨਾਲ ਕਿਤੇ ਪਰਿਵਾਰ ਪ੍ਰਭਾਵਿਤ ਹੁੰਦਾ ਬਿਲਕੁਲ ਹੁੰਦਾ ਜੀ ਆ ਭਾਵੇਂ ਅਸੀਂ ਹੁਣ 21ਵੀਂ ਸਦੀ ਦੀਆਂ ਔਰਤਾਂ ਹਾਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਦੀ ਔਰਤ ਪਰਿਵਾਰ ਨੂੰ ਔਰ ਰਾਜਨੀਤੀ ਨੂੰ ਔਰ ਐਵਰੀ ਡੇ ਔਰਤਾ ਜੋ ਕੱਲੀ ਰਾਜਨੀਤਿਕ ਔਰਤਾ ਨਹੀਂ ਔਰਤਾਂ ਆਪ ਦੇ ਘਰੋਂ ਬਾਹਰ ਕੰਮ ਕਰਨ ਵੀ ਜਾਂਦੀਆਂ ਪੈਸੇ ਕਮਾਉਣ ਵੀ ਜਾਂਦੀਆਂ ਤੇ ਆਦੇ ਬੱਚਿਆਂ ਨੂੰ ਵੀ ਪਾਲਦੀਆਂ ਓਵੇਂ ਅਸੀਂ ਵੀ ਇਹਨੂੰ ਬੈਲੈਂਸ ਦਾ ਕਰ ਰਹੇ ਹਾਂ ਪਰ ਬਿਲਕੁਲ ਗੱਲ ਸਹੀ ਹੈ ਕਿ ਬੱਚੇ ਕਿਤੇ ਨਾ ਕਿਤੇ ਟਾਈਮ ਦੀ ਮੰਗ ਕਰਦੇ ਆ ਔਰ ਜੋ ਪੂਰੀ ਨਹੀਂ ਹੋ ਸਕਦੀ ਔਰ ਮੈਨੂੰ ਮੇਰਾ ਖਿਆਲ ਆ ਕਿ ਪਿਛਲੇ 2 ਸਾਲਾਂ ਚ ਮੈਂ ਇੱਕ ਵਾਰ ਵੀ ਮੈਂ ਆਮ ਬlesed with daughter. मैं, जा, जा, a daughter ਮੈਨੂੰ ਵਾਹਿਗੁਰੂ ਨਾਨਕਦੇਵ ਜੀ ਨੇ ਇੱਕ ਬੱਚੀ ਦਿੱਤੀ ਹੈ ਔਰ ਮੈਂ ਪਿਛਲੇ 2 ਸਾਲਾਂ ਚ ਉਹਦੇ ਨਾਲ ਕੋਈ ਇੱਕ ਫਿਲਮ ਵੀ ਨਹੀਂ ਦੇਖਣ ਜਾ ਸਕੀ ਮੂਵੀ ਵੀ ਆਈ ਨੇਵਰ ਵੈਂਟ ਟੂ ਮੂਵੀ ਵਿਦ ਹਰ ਸੋ ਇ ਹੈਡ ਹੈਜ਼ ਬੀਬੀ ਅਮਨੁਜੋਤ ਕਰਨ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਭੁੱਲਰ ਸਾਹਿਬ ਵੀ ਤੁਹਾਡਾ ਸਾਥ ਦਿੰਦੇ ਕਿਤੇ ਆਪਸ ਦੇ ਵਿੱਚ ਵੀ ਕਿਤੇ ਕੰਪੀਟੀਸ਼ਨ ਤਾਂ ਨਹੀਂ ਹੋ ਜਾਂਦਾ ਸਿਆਸਤ ਦੇ ਵਿੱਚ ਵੀ ਅਹੁਦਾ ਅਹੁਦਾ ਤੁਸੀਂ ਲੈਣਾ ਜਾਂ ਭੁੱਲਰ ਸਾਹਿਬ ਨੇ ਲੈਣਾ ਨਹੀਂ ਜੀ ਭੁੱਲਰ ਸਾਹਿਬ ਇਸਾ ਸੱਚਾ ਨਾਈਸੋ ਮੇਰੀ ਪੂਰੀ ਸਟਰੈਂਥ ਮੈਨੂੰ ਪੋਲਿਟਿਕਸ ਲੈ ਕੇ ਆਉਣ ਤੇ ਅਹੁਦਾ ਐਕਸੈਪਟ ਕਰਨ ਦੇ ਪਿੱਛੇ ਭੁੱਲਰ ਸਾਹਿਬ ਦਾ ਪੂਰਾ ਹੱਥ ਹੈ ਔਰ ਜਿਦੋਂ ਹਣ ਮੈਨੂੰ ਚੇਅਰਪਰਸਨ ਮੈਂ ਬਣੀ ਆ ਤੁਸੀਂ ਯਕੀਨ ਕਰੋ ਕਿ ਸਾਡੇ ਘਰ ਕਈ ਵਾਰੀ ਖਾਣਾ ਵੀ ਨਹੀਂ ਹੁੰਦਾ ਖਾਣ ਨੂੰ ਪਰ ਕਦੇ ਕੰਪਲੇਂਟ ਨਹੀਂ ਆਉਂਦੀ ਕਿ ਜਿਵੇਂ ਤਿਵੇਂ ਅਸੀਂ ਹੈਂਡਲ ਕਰ ਲਈਦਾ ਪਰ ਸਫਰਿੰਗ ਇਜ਼ ਥੇਰ ਥਿਸ ਇਜ਼ ਟਰੂ ਕਿ ਤੁਸੀਂ ਪ੍ਰੋਪਰਲੀ ਤੁਹਾਡੇ ਕੋਈ ਨਾ ਤੁਸੀਂ ਕੁੱਕ ਕਰਦੇ ਹੋ ਉਸ ਤੋਂ ਬਾਅਦ ਖਾਣਾ ਬਣਾ ਰਹੇ ਹੋ ਨਾ ਖਾਣਾ ਚੱਜ ਦਾ ਖਾ ਰਹੇ ਹੋ ਕਿਉਂਕਿ ਲੋਕਾਂ ਚੰਨਾ ਟਾਈਮ ਨਾ ਹੁੰਦਾ ਸਫਰਿੰਗ ਤਾਂ ਇਜ਼ ਥੇਰ ਐਪੂਲਰ ਸਾਹਿਬ ਕਦੇ ਕੰਪਲੇਂਟ ਨਹੀਂ ਕਰਦੇ ਕੀ ਤੁਸੀਂ ਸੋਚਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ 21ਵੀਂ ਸਦੀ ਦੇ ਵਿੱਚ ਪਹੁੰਚ ਗਏ ਸੀ 21ਵੀਂ ਸਦੀ ਦੀਆਂ ਲੜਕੀਆਂ ਲੜਕੀਆਂ ਨੂੰ ਵੀ ਰਾਜਨੀਤੀ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਬਿਲਕੁਲ ਆਉਣਾ ਚਾਹੀਦਾ ਜੀ ਮੈਂ ਰਾਖਵੇਂ ਕਰਨ ਦੇ ਜਿਹੜੇ ਹੈਗੇ ਆ ਉਹ ਮੈਂ ਹੱਕ 'ਚ ਨਹੀਂ ਹੈ ਜੀ ਮੈਂ ਕਹਿੰਦੀ ਹਾਂ ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿਓ ਔਰ ਬਰਾਬਰਤਾ ਦੇ ਅਧਿਕਾਰ ਦੇ ਵਿੱਚ ਉਹਨੂੰ ਆਪਣੀ ਐਬਿਲਿਟੀ ਦੇ ਨਾਲ ਕੈਪੇਬਿਲਿਟੀ ਦੇ ਨਾਲ ਜਿੱਥੇ ਉਹ ਪਹੁੰਚ ਸਕਦੀ ਆ ਉੱਥੇ ਪਹੁੰਚਣ ਦਿਓ ਕੋਈ ਮੇਰਾ ਖਿਆਲ ਆਮ ਔਰਤ ਬਹੁਤ ਸਟਰਗਲ ਕਰਕੇ ਇੱਥੇ ਤੱਕ ਪਹੁੰਚਦੀ ਆ ਔਰ ਔਰਤਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਜੇ ਅਸੀਂ ਦੇਖਿਆ ਜਾਵੇ ਅੱਜ ਵੀ ਸਾਡੀਆਂ ਬਹੁਤ ਸਾਰੀਆਂ ਮੈਂ ਕਿਹਾ ਸਾਡੇ ਮਹਾਲੀ ਹਲਕੇ ਦੇ ਵਿੱਚ ਰਮੋੜੀ ਸਾਹਿਬ ਦੇ ਹਲਕੇ ਦੇ ਵਿੱਚ ਘੱਟੋ ਘੱਟ 19 ਔਰਤਾ ਸਰਪੰਚ ਹੈ ਜੀ ਐਂਡ ਪੰਚ ਤੇ ਹੋਰ ਅਧਿਹਾਰੀਆਂ ਅਨੇਕ ਆ ਬਰਾਬਰ ਭਾਵੇਂ ਅਸੀਂ ਨਹੀਂ ਅਜੇ ਵੀ ਪਰ ਅਸੀਂ ਫਿਰ ਵੀ ਮੇਰਾ ਖਿਆਲ ਆ 25% ਦੀ ਰੇਸ਼ਿਓ ਰੱਖਦੀਆਂ ਜੋ ਪੋਲਿਟਿਕਸ ਚ ਫੁੱਲੀ ਐਕਟਿਵ ਹੈ ਜੀ ਕਿਸ ਤਰ੍ਹਾਂ ਜਿਸ ਤਰ੍ਹਾਂ ਵੀ ਤੁਸੀਂ ਗੱਲ ਕੀਤੀ ਸੀ ਕਿ ਇਰਾਕਵਾ ਕਰਨ ਦੀ ਪਿਛੇ ਜੀ ਉਹ ਸਰਕਾਰ ਦਾ ਇੱਕ ਫੈਸਲਾ ਕੀਤਾ ਜਿੰਦੇ ਤੁਸੀਂ ਜੱਟਾਂ ਨੂੰ ਜਿਹੜਾ ਉਹ ਬੈਕਵਰਡ ਕਲਾਸ ਦੇ ਵਿੱਚ ਲਿਆਂਦਾ ਕੀ ਇਹ ਸਰਕਾਰ ਦਾ ਫੈਸਲਾ ਸਮਾਜਿਕ ਨਜ਼ਰੀਏ ਤੋਂ ਸਹੀ ਮੰਦੇ ਹੋ ਆ ਬੜਾ ਟਫ ਕੁਐਸਚਨ ਆ ਜੀ ਮੇਰੇ ਖਿਆਲ ਆ ਦੇਖੋ ਜੀ ਕੇਂਦਰ ਲਗਾਤਾਰ ਪੰਜਾਬ ਨਾਲ ਜ਼ਿਆਦਤੀ ਕਰ ਰਿਹਾ ਹੈ ਜੀ ਔਰ ਆਈ ਥਿੰਕ ਇਟਸ ਅ ਵੈਰੀ ਸਮਾਰਟ ਥਿੰਗ ਟੂ ਡੂ ਬਹੁਤ ਹੀ ਸਮਾਰਟ ਗੱਲ ਹੈ ਕਿ ਜੇ ਤੁਸੀਂ ਜੀ ਕਾ ਨਾ ਹੀ ਨਹੀਂ ਫੜ ਲੈਂਦੇ ਫਿਰ ਸਿਆ ਹੀ ਫੜ ਲੈਂਦੇ ਆ ਫਿਰ ਆਏ ਆ ਜੀ ਆਪਦੇ ਲੋਕਾਂ ਨੂੰ ਭੁੱਖੇ ਨਹੀਂ ਮਾਰਿਆ ਜਾ ਸਕਦਾ ਠੀਕ ਇੱਥੇ ਹੀ ਪਤਾ ਲੱਗਦਾ ਕਿ ਪੋਲੀਟੀਕਲ ਲੀਡਰ ਕਿੰਨੇ ਇਮਾਨਦਾਰ ਆ ਆਪਦੇ ਲੋਕਾਂ ਲਈ ਕਿੰਨੇ ਫਿਕਰਮੰਦ ਆ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਰਾਮੂ ਵਾਲੀ ਜਿਨੇ ਜਿਹੜੇ ਆਪਣੀ ਸਿਆਸੀ ਜਿੰਨਾ ਵੀ ਉਹਨਾਂ ਨੇ ਕਮਾਇਆ ਉਹ ਹੁਣ ਉਹਨਾਂ ਨੇ ਹਲਕੇ ਲਈ ਤੁਹਾਨੂੰ ਸਾਹਮਣੋਂ ਦੇ ਦਿੱਤਾ ਕਿ ਅੱਗੋਂ ਇਸ ਤਰ੍ਹਾਂ ਵੀ ਹੈ ਕਿ ਤੁਸੀਂ ਹੀ ਮੁਹਾਲੀ ਤੋਂ ਜਾਂ ਕੋਈ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਕਰੋਗੇ ਦੇਖੋ ਜੀ ਜਿਵੇਂ ਪਾਰਟੀ ਹੁਕਮ ਕਰੇਗੀ ਪਾਰਟੀ ਮਾਂ ਹੁੰਦੀ ਹੈ ਔਰ ਉਹਦਾ ਹੁਕਮ ਮੰਨਣਾ ਜ਼ਰੂਰੀ ਹੁੰਦਾ ਜਿਵੇਂ ਹੁਕਮ ਕਰਨਗੇ ਔਰ ਹਾਲਾਤ ਉਹਦੇ ਕੀ ਬਣ ਗਏ ਇਟਸ ਟੂ अर्ਲੀ ਟੂ ਸੇ ਐਨੀਥਿੰਗ ਪਰ ਇੱਕ ਗੱਲ ਮੈਂ ਮੇਰਾ ਮਤਲਬ ਇਹ ਸੀ ਜਿੱਦਾਂ ਰਾਮਵਲੀ ਸਾਹਿਬ ਦੀ ਗੱਲ ਆਈ ਕਿ ਮੇਰੇ ਪਿਤਾ ਨੇ ਇਮਾਨਦਾਰੀ ਦੀ ਸਾਸਤ ਕੀਤੀ ਹੈ ਔਰ 47 ਸਾਲ ਤੋਂ ਉੱਪਰ ਉਹਨਾਂ ਦੀ ਸਿਆਸੀ ਜੀਵਨ ਹੈ ਸਿਰਫ ਲੋਕਾਂ ਦੀ ਸੇਵਾ ਕੀਤੀ ਹੈ ਔਰ ਉਸ ਸੇਵਾ ਨੂੰ ਸੰਭਾਲਣਾ ਜ਼ਰੂਰੀ ਸੀ ਉਹ ਸੇਵਾ ਮੇਰੇ ਚੋੜੀ ਪਈ ਆ ਔਰ ਮੈਂ ਵੀ ਆਪਣੇ 2 ਸਾਲਾਂ ਤੋਂ ਮੈਨੂੰ ਬਹੁਤ ਮੇਰੇ ਬੈਕ ਆਫ ਦੀ ਹੈਡ ਆਈ ਆਲਵੇਜ਼ ਥਿੰਕ ਕਿ ਇਹ ਮੇਰੇ ਪਿਤਾ ਦੀ ਕਮਾਈ ਆ ਜਿਹਨੂੰ ਮੈਂ ਸਾਹਮਣੇ ਚੱਲਦੀ ਆ ਔਰ ਕਦੇ ਉਹਨਾਂ ਦੀ ਉਮਰ ਪਰ ਦੀ ਕੀਤੀ ਕਮਾਈ ਤੇ ਕਿਤੇ ਸਰੋਂ ਦੇ ਦਾਣੇ ਜਿੰਨਾ ਦਾਗ ਬਣਾ ਲੱਗ ਜੇ ਇਸ ਲਈ ਮੈਂ ਉਹਨਾਂ ਦੀ ਉਸ ਕਮਾਈ ਦੀ ਗੱਲ ਕਰ ਰਹੀ ਸੀ ਜੀ ਜਿਸ ਤਰ੍ਹਾਂ ਦੇਖਿਆ ਇੱਕ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਹਰ ਇੱਕ ਪਾਰਟੀ ਕੋਈ ਨਾ ਕੋਈ ਨਾਅਰਾ ਲੈ ਕੇ ਚੋਣ ਮੈਦਾਨ ਦੇ ਵਿੱਚ ਚੱਲੀ ਹੋਈ ਹੈ ਤੁਸੀਂ ਐਜ਼ੇ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਕੀ ਸੋਚਦੇ ਹੋ ਕਿ ਕਿਹੜੀ ਚੀਜ਼ ਚੰਗੀ ਹੈ ਜਿੰਨੂੰ ਦੇਖ ਕੇ ਲੋਕ ਅੱਜ ਵੋਟ ਜਿਹੜੀ ਤੁਹਾਨੂੰ ਪਾਉਣ ਦੇਖੋ ਜੀ ਇੱਕ ਤਾਂ ਸਭ ਤੋਂ ਵੱਡੀ ਚੰਗੀ ਗੱਲ ਇਹ ਆ ਕਿ ਚੇਂਜ ਸਾਡੇ ਪ੍ਰਧਾਨ ਮੰਤਰੀ ਭਾਵੇਂ ਸਿੱਖ ਹਨ ਪੰਜਾਬ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਤਾਂ ਚੇਂਜ ਹੀ ਚੰਗੀ ਆ ਕਿ મોદી ਸਾਹਿਬ ਉਹ ਵੀ ਇੱਕ ਜੱਟ ਜੋ ਪੰਜਾਬੀ ਬਹੁਤ ਕਿਸਾਨ ਹੈ ਕਿਸਾਨੀ ਕਰਦੇ ਆ ਪੰਜਾਬੀ ਸੋ ਇਹ ਵੀ ਇੱਕ ਗੱਲ ਚੰਗੀ ਆ ਦੂਜੀ ਗੱਲ ਕਿ ਅਕਾਲੀ ਦਲ ਦੇ ਜੋ ਨਾਲ ਦੀ ਜਿਹੜੇ ਕੋਲੀਸ਼ਨ ਦੇ ਪਾਰਟੀ ਦਾ ਅਕਾਲੀ ਦਲ ਦਾ ਹੀ ਰਾਜ ਆਏਗਾ ਕੇਂਦਰ ਦੇ ਵਿੱਚ ਸਮਝ ਲੋ ਆਮ ਭਾਜਪੀ ਅਕਾਲੀ ਦਲ ਕੱਫੇ ਦੀ ਇਹਦੇ ਵਿੱਚ ਇੱਕ ਇਹ ਗੱਲ ਚੰਗੀ ਆ ਤਾਂ ਪੰਜਾਬ ਵਿੱਚ ਜਿੰਨਾ ਕੁਸ਼ ਆਟਾ ਦਾਲ ਸੜਕਾਂ ਵੱਡੇ ਵੱਡੇ 에어ਪੋਰਟ ਹਰ ਥਾਂ ਤੇ ਤਰੱਕੀ ਕੀਤੀ ਆ ਪਾਵਰ ਹਾਈਡਰੋ ਪ੍ਰੋਜੈਕਟ ਲੱਗੇ ਆ ਜਿਹਨੂੰ ਬਿਜਲੀ ਦਾ ਵੱਡੇ ਥਰਮਲ ਪਲਾਂਟਸ ਲੱਗੇ ਆ ਇਹ ਸਾਰੀਆਂ ਗੱਲਾਂ ਜੋ ਹਨ ਉਹ ਤਰੱਕੀ ਦੇ ਰਾਹ ਤੇ ਲ ਜਾਂਦੀਆਂ ਔਰ ਆਮ ਬੰਦੇ ਨੂੰ ਇਹਦੇ ਨਾਲ ਫਾਇਦਾ ਹੋਇਆ ਪੰਜਾਬ ਵਿੱਚ ਕਿਸਾਨਾਂ ਦੀ ਬਿਜਲੀ ਮਾਫ ਹੁੰਦੀ ਹੈ ਔਰ ਇਹ ਸਾਰਾ ਕੁਝ ਕਿਸਾਨਾਂ ਲਈ ਹੀ ਹੋ ਰਿਹਾ ਤੇ ਲੋਕਾਂ ਲਈ ਹੀ ਹੋ ਰਿਹਾ ਔਰ ਇਹ ਸਾਰੇ ਮੁੱਦੇ ਹੀ ਹਨ ਕੀ ਤੁਸੀਂ ਸੋਚਦੇ ਕਿ ਮੋਦੀ ਦਾ ਜਿਹੜਾ ਚਿਹਰਾ ਉਹ ਰਾਹੁਲ ਗਾਂਧੀ ਤੋਂ ਜ਼ਿਆਦਾ ਬਿਹਤਰ ਲੋਕਾਂ ਦੇ ਵਿੱਚ ਗਿਆ ਹਾਂਜੀ ਆਬੀਅਸਲੀ ਇਹਦੇ ਚ ਕੋਈ ਦੋ ਰਹਿ ਨਹੀਂ ਕਿ ਮੋਦੀ ਸਾਹਿਬ ਇਸ ਵਕਤ ਆਪਣੀ ਪੀਕ ਤੇ ਆ ਔਰ ਬਹੁਤ ਪਪੂਲਰ ਆ ਉਹਦੇ ਆਪੋਜ਼ਿਟ ਰਾਹੁਲ ਗਾਂਧੀ ਨੂੰ ਪਤਾ ਵੀ ਨਹੀਂ ਲੱਗਦਾ ਕਿ ਮੈਂ ਕੀ ਕਹਿਣਾ ਤੇ ਕੀ ਕਹਿ ਰਿਹਾ ਕੇ ਵੀ ਤੁਸੀਂ ਵੀ ਇੰਟਰਵਿਊਜ਼ ਦੇਖੀਆਂ ਹੋਣਗੀਆਂ ਹੀ ਇਸ ਅ ਕਨਫਿਊਜ਼ਡ ਮੈਨ ਉਹਨੂੰ ਕੋਈ ਪਤਾ ਨਹੀਂ ਕਿ ਕਿਸ ਵਕਤ ਕੀ ਬੋਲਣਾ ਜਿਸ ਬੰਦੇ ਨੂੰ ਇਹ ਨਾ ਪਤਾ ਹੋਵੇ ਕਿ ਮਹਾਲ ਕੀ ਕਹਿ ਰਿਹਾ ਔਰ ਕੀ ਐਕਸੈਪਟ ਐਸਪੈਕਟ ਕਰਦਾ ਤਦ ਇਹ ਨਾ ਬਦਲੇ ਲੀਡਰ ਕਾਮਯਾਬ ਨਹੀਂ ਹੋ ਸਕਦਾ ਜੀ ਜੀ ਬੀਬੀ ਅਮਨਜੋਤ ਕੌਰ ਜੀ ਤੁਸੀਂ ਚਰਚਾ ਚ ਭਾਗ ਲੈਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਫਿਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਸਨਮੁਖ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਧੰਨਵਾਦ